Hello everyone, welcome you all in your own channel Learn Everything. ਸਵਸਿਕਾਰੇ ਸਿਫਰੈਂਸ਼ੀਅਲ ਇਕੁਏਸ਼ਨ ਉਹਦੇ ਵਿੱਚ ਨੈਕਸਟ ਜੋ ਸਾਡੇ ਸਿਲੇਬਸ ਦੇ ਵਿੱਚ ਮੈਂਸ਼ਨ ਹੈਗਾ ਆ that is, is a ਰਿਡਕਸ਼ਨ ਆਫ ਆਰਡਰ ਐਂਡ ਵਰੀਏਸ਼ਨ ਆਫ ਪੈਰਾਮੀਟਰ ਜਿਹੜਾ ਆ ਉਹ ਵੀ ਸਾਡੇ ਸਿਲੇਬਸ ਚ ਮੈਂਸ਼ਨ ਹੈਗਾ ਆ ਇਹ ਥੋੜੇ ਮੈਥਡ ਜਿਹੜੇ ਹੈਗੇ ਨੇ ਥੋੜੇ ਲੰਬੀ ਹੈਗੇ ਨੇ ਬਟ ਇਹਨਾਂ ਬਾਰੇ ਸਾਨੂੰ ਨੌਲੇਜ ਹੋਣੀ ਚਾਹੀਦੀ ਆ ਠੀਕ ਆ ਮੈਂ ਨਹੀਂ ਕਹੂੰਗੀ ਤੁਹਾਨੂੰ ਪੂਰਾ ਜੋ ਮੈਥਡ ਆ ਉਹ ਕੰਪਲੀਟ ਜਿਹੜਾ ਬਿਲਕੁਲ ਸਮ ਕਰਨਾ ਉਹਨਾ ਆਣਾ ਚਾਹੀਦਾ ਆ ਬਟ ਤੁਹਾਨੂੰ ਥੋੜੀ ਬਹੁਤੀ ਵਧੀਆ ਨੌਲੇਜ ਹੋਣੀ ਚਾਹੀਦੀ ਆ ਉਸ ਤੋਂ ਕੁਐਸਚਨ ਫਰੇਮ ਹੋ ਸਕਦਾ ਸਿਲੇਬਸ ਦਾ ਪਾਰਟ ਹੈ ਇਸ ਲਈ ਕਰਾਂਗੇ ਜ਼ਰੂਰ ਆਪਾਂ ਸੋ ਫ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਆਫ ਸੈਕੰਡ ਆਰਡਰ ਨੈਕਸਟ ਅਸੀਂ ਸੈਕੰਡ ਆਰਡਰ ਜਾ ਰਹੇ ਪਹਿਲਾਂ ਆਪਾਂ ਫਰਸਟ ਆਰਡਰ ਦੀ ਗੱਲ ਕਰਦੇ ਸੀਗੇ ਪਹਿਲਾਂ ਆਪਾਂ ਇਕੁਏਸ਼ਨਸ ਦੇਖੀਆਂ ਹੈਗੀਆਂ ਇਹਨਾਂ ਦਾ ਪਾਰਟਿਕੂਲਰ ਇੰਟੈਗਰਲ ਸਾਨੂੰ ਫਾਈਂਡ ਆਊਟ ਕਰਨਾ ਆਂਦਾ ਹੈ ਨਾਓ ਵੀ ਵਿਲ we discussed to other method to solve such equation of second order with no restriction so ye puchha ja sakda ya ki in equation nu uh, solve karan layi kede method hai ge na utthe char option honge tanu ye do option bare pata hona chahida reduction of order jenu appa due to d almbort vi bolde han variation of parameter ho sakda etho sirf question ehi frame hove theek hai na kyuki san knowledge honi chahidi hai ye method jeda ke ide waste use hunda ਠੀਕ ਹੈ ਟੂ ਸੋਲਵ ਅ ਸੱਚ ਇਕੁਏਸ਼ਨ ਆਫ ਸੈਕਿੰਡ ਆਰਡਰ ਜਿਹੜੀਆਂ ਜਿਹੜੀਆਂ ਸੈਕਿੰਡ ਆਰਡਰ ਦੀਆਂ ਇਕੁਏਸ਼ਨ ਹੋਣਗੀਆਂ ਉਹਨਾਂ ਨੂੰ ਸੋਲਵ ਕਰਨ ਲਈ ਕੀ ਹੋਏਗਾ ਉਹ ਯੂਜ਼ ਹੋਏਗਾ ਕਲੀਅਰ ਥਿਸ ਮੈਥਡ ਇਜ਼ ਆਲਸੋ ਐਪਲੀਕੇਬਲ ਟੂ ਇਕੁਏਸ਼ਨ ਆਫ ਅ ਵਰਬ ਟਾਈਪ ਹੁਸ ਕੋਫੀਸ਼ੀਐਂਟ ਆਰ ਵਰੀਏਬਲ ਜਿਹੜੀਆਂ ਇਦਾਂ ਦੀਆਂ ਇਕੁਏਸ਼ਨਸ ਹੈਗੀਆਂ ਜਿਨ੍ਹਾਂ ਦੇ ਕੋਫੀਸ਼ੀਐਂਟਸ ਵਰੀਏਬਲ ਹੋਣਗੇ ਉਹਨਾਂ ਲਈ ਵੀ ਇਹ ਯੂਜ਼ਫੁਲ ਹੋਣਗੇ ਸੋ ਪਹਿਲਾਂ ਤੁਹਾਨੂੰ ਇੰਨਾ ਡਾਟਾ ਜਿਹੜਾ ਇਹਦਾ ਹੀ ਨੋਟਸ ਚੰਗੀ ਤਰ੍ਹਾਂ ਪ੍ਰਪੇਅਰ ਕਰ ਲੈਣੇ ਆ ਠੀਕ ਹੈ ਕਿ ਇਹਨੂੰ ਆਪਾਂ ਪੂਰਾ ਫਰੇਮ ਕਰਕੇ ਲਿਖ ਲੈਣਾ ਹੈਗਾ ਕਿ ਇਹ ਰੀਡਕਸ਼ਨ ਆਫ ਆਰਡਰ ਮੈਥਡ ਆਪਾਂ ਕਿੱਦਾਂ ਯੂਜ਼ ਕਰਦੇ ਆ ਪਹਿਲਾਂ ਤਾਂ ਸਾਡੇ ਕੋਲ ਜਿਹੜੀ ਸੈਕੰਡ ਆਰਡਰ ਆ ਇਕੁਏਸ਼ਨ ਹੈਗੀ ਆ ਕੋਈ ਵੀ ਲੀਨੀਅਰ ਇਕੁਏਸ਼ਨ ਆਫ ਸੈਕੰਡ ਆਰਡਰ ਹੈਗੀ ਆ ਠੀਕ ਹੈ ਪੀ ਨਾਟ ਪੀ 1 ਪੀ 2 ਜਿਹੜੇ ਕਨਸਟੈਂਟ ਹੈਗੇ ਨੇ ਐਂਡ ਕਯੂ ਇਸ ਦਾ ਫੰਕਸ਼ਨ ਆਫ ਐਕਸ ਹੈਗਾ ਪੀ ਨਾਟ ਨਾਟ ਇਕੁਅਲ ਟੂ ਜ਼ੀਰੋ ਇਹਦੇ ਕੋਰਸਪੋਂਡਿੰਗ ਜਦੋਂ ਆਪਾਂ ਹੋਮੋਜੀਨियस ਇਕੁਏਸ਼ਨ ਲਿਖਦੇ ਆ ਉਹ ਇਕੁਅਲ ਟੂ ਆਪਾਂ ਕੀ ਲੈਨੇ ਆ ਜ਼ੀਰੋ ਆ ਲੈਨੇ ਆ ਇਹਦੇ ਵਿੱਚ ਕੀ ਹੁੰਦਾ ਆਪਾਂ ਵਾਈ ਨੂੰ ਕੀ ਪੁੱਟ ਕਾਣਾ ਵਾਈ 1 ਠੀਕ ਹੈ ਉਹ ਇਹਦੇ ਲਈ ਸੋਲੂਸ਼ਨ ਹੋਏਗਾ ਠੀਕ ਹੈ ਵੇਅਰ ਵਾਈ वाई वन पुट कर दता तो फिर अभी वाई जी वाई है पुट करेंगे वी वी अपने को फंक्शन ऑफ एक्स हैगा एंड वाई वन दिस इज़ वाई वन वी वाई वन पुट करा जो पुट करा इतने फिर आप डिफरेंशीएट करा फिर अगेन डिफरेंशीएट करा सा वाई तो वाई डैश निकल जाएंगे वाई डैश बाई डबल डैश वाई तीनों वैल्यूज़ है तीनों वैल्यूज फिर इतने जाकर पुट करेंगे वाई की जगह युट करा वाई डैश की जगह युट करा वाई डबल डैश की जगह यह पुट करा ठीक है अगर देखो सबस्ट्यूट का वैल्यू ऑफ वाई वाई डैश बाई डबल डैश इन इक्ुएशन वन करा ਬਿਲਕੁਲ ਇਹਨੂੰ v ਡਬਲ ਡੈਸ਼ ਲਗ ਕਰ ਲਾਂਗੇ v ਡੈਸ਼ ਲਗ ਕਰਾਂਗੇ ਇਕੁਅਲ ਟੂ q ਇਸ ਫਾਰਮ ਦੀ ਸਾਡੇ ਕੋਲ ਇਕੁਏਸ਼ਨ ਬਣ ਜਾਏਗੀ v ਡੈਸ਼ ਇਕੁਅਲ ਟੂ w ਹੋਏਗਾ ਜਿੱਦੋਂ ਇਹਨੂੰ ਆਪਾਂ ਇਕੁਅਲ ਟੂ w ਹੀ ਲਵਾਂਗੇ ਤੇ v ਡਬਲ ਡੈਸ਼ w ਡੈਸ਼ ਹੋਏਗਾ ਸੋ ਇਕੁਏਸ਼ਨ ਬਣ ਜਾਏਗੀ ਵਿਚ ਇਜ਼ ਦਾ ਲੀਨੀਅਰ ਇਕੁਏਸ਼ਨ ਆਫ ਆਰਡਰ 1 ਹੁਣ ਇਹ ਆਰਡਰ 1 ਦੀ ਬਣ ਗਈ ਜਿਹਨੂੰ ਆਪਾਂ ਸੋਲਵ ਕਰ ਸਕਦੇ ਹਾਂ ਠੀਕ ਹੈ ਦਿਸ ਮੀਨਸ ਥੈਟ w ਇਜ਼ ਅ ਨੋਨ ਐਂਡ ਕਨਸੀਕੁਐਂਟਲੀ ਫਿਰ v ਡੈਸ਼ ਐਂਡ v ਵੀ ਨੋਨ ਹੋਣਗੇ ਇਨ ਦਿਸ ਵੇ ਦਾ ਅ ਪਰਟੀਕੂਲਰ ਸੋਲੂਸ਼ਨ ਆਫ ਇਕੁਏਸ਼ਨ 1 기ਵਨ ਬਾਈ v ਇਸ ਇਕੁਅ this is vy1 eh hovega thik hai Uh, can be find the specific general solution bhi find out kar sakdeya this method of finding the particular solution is called the method of reduction of order yani reduction karde ha apan order di eh wala method matlab second order ton first order pehla bana liya fir onu apan general solution jeda find out karde ho kar, kar lavange inna ke thoda idea tuhane hona chahida ik wari main step revise kar dande ha sab to pehla ai second order di equation le li ohde vich apan ki karde corresponding homogeneous equation le li jithe y hai y nu ki put karde na y1 ਠੀਕ ਹੈ ਕੁਐਸ਼ਨ ਬਣ ਜੇਗੀ ਫਿਰ y ਨੂੰ ਕੀ ਪੁੱਟ ਕਰ ਦੇਣਾ ਹੈਗਾ vy1 ਠੀਕ ਹੈ ਇਹੜਾ y1 ਹੋਏਗਾ ਫਿਰ ਜੇ ਵੀ ਫੰਕਸ਼ਨ ਹੈਗਾ x ਦਾ ਡਿਫਰੈਂਸ਼ੀਏਟ ਕਰਾਂਗੇ ਅਗੇਨ ਡਿਫਰੈਂਸ਼ੀਏਟ ਜਦੋਂ ਆਪਾਂ ਕਰਾਂਗੇ y y' dash, y'' ਇਹਨਾਂ ਦੀਆਂ ਵੈਲਿਊਜ਼ ਜਾ ਕੇ ਅਗੇਨ ਜਿਹੜੀ ਸਾਡੇ ਕੋਲ ਇਕੁਏਸ਼ਨ 1 ਹੈ ਉਹਦੇ ਵਿੱਚ ਪੁੱਟ ਕਰਾਂਗੇ ਉੱਥੇ ਸਾਡੇ ਕੋਲ ਇਕੁਏਸ਼ਨ ਬਣ ਜਾਏਗੀ ਤੇ v' ਨੂੰ ਅਸੀਂ w ਪੁੱਟ ਕਰਾਂਗੇ v'' ਨੂੰ ਆਪਾਂ w' ਪੁੱਟ ਕਰਾਂਗੇ ਥਿਸ ਇਜ਼ ਅ ਇਕੁਏਸ਼ਨ ਆਫ ਫਸਟ ਆਰਡਰ ਫਿਰ ਅਸੀਂ ਇਹਦਾ ਅਗੇਨ ਪਰਟੀਕੁਲਰ ਸੋਲੂਸ਼ਨ ਐਂਡ ਜਨਰਲ ਸੋਲੂਸ਼ਨ ਜਿਹੜਾ ਫਾਈਂਡ ਆਊਟ ਕਰ ਸਕਦੇ ਆ ਇੱਕ ਸਮ ਦੇਖ ਲਓ ਲੈਂ ਇਕੁਏਸ਼ਨ ਦਿੱਤੀ ਹੈਗੀ ਆ ਪਹਿਲਾਂ ਜਿੱਦਾਂ ਸਿੰਪਲੀ ਤੁਹਾਨੂੰ ਪਤਾ ਹੈ ਇਹਦੀ ਇਹਦੀ ਆਪਾਂ ਹੋਮੋਜੀਨियस ਇਕੁਏਸ਼ਨ ਲਿਖ ਲਾਂਗੇ ਇਕੁਅਲ ਟੂ 0 অক্সਿਲਰੀ ਇਕੁਏਸ਼ਨ ਤੁਸੀਂ ਫਾਈਂਡ ਆਊਟ ਕਰ ਲੈਣੇ ਆ ਠੀਕ ਹੈ ਸੋਲੂਸ਼ਨ ਲਿਖ ਲਾਂਗੇ ਆਪਾਂ ਕੰਪਲੀਮੈਂਟਰੀ ਸੋਲੂਸ਼ਨ ਵੀ ਫਾਈਂਡ ਆਊਟ ਕਰਨਾ ਆਂਦਾ ਤੁਹਾਨੂੰ c1 cos ax ਆ ਗਿਆ c2 sin ax ਆ ਗਿਆ ਠੀਕ ਹੈ ਕੰਪਲੀਮੈਂਟਰੀ ਸੋਲੂਸ਼ਨ ਆਪਾਂ ਇਹਦਾ ਫਾਈਂਡ ਆਊਟ ਕਰ ਲਿਆ ਠੀਕ ਹੈ ਹੁਣ ਦੇਖੋ ਪਰਟੀਕਲ ਨਾਊ ਵੀ ਟ੍ਰਾਈ ਟੂ ਫਾਈਂਡ ਅ ਪਰਟੀਕਲ ਸੋਲੂਸ਼ਨ ਆਫ ਇਕੁਏਸ਼ਨ 1 बाई यूजिंग अ पर्टीकुलर सल्यूशन कोज ए एक्स ऑफ टू हूँ एक क्वेश्चन जी बन गई है ना सास इज इन ब एज अ देखा वाई वन अभी वी पुट कि वाइज इक्स टू तो पुट करना है ना वी वाई वन सो ए अं लै लिया कोज ए एक्स ठीक है इन देख लिया कोज एक्स ए अं जो लै लिया वाइज इक्व टू बी कोज एक्स तो वी फंक्शन ऑफ एक्स है इन अं डिफरेंशिएट करेंगे विद रिस्पैक्ट टू तो एक्स अगेन करेंगे साढ़े को वाई डैश वाई डबल डैश निकल गया वाई भी सीए तीनों ही चीजा आप जाके इतने पुट कर देवेंगे ठीक है इतने सॉरी ਇਕੁਏਸ਼ਨ ਨੰਬਰ 1 ਦੇ ਵਿੱਚ ਪੁੱਟ ਕਰ ਦਵਾਂਗੇ ਇਹ ਪੁੱਟ ਕਰਕੇ ਸਾਡੇ ਕੋਲ ਬਣ ਜਾਏਗੀ ਇਕੁਏਸ਼ਨ ਫਿਰ ਆਪਾਂ ਇਹਨੂੰ ਕੀ ਕੀਤਾ ਇੱਥੇ ਦਾ ਕੋਫੀਸ਼ੀਐਂਟ 1 ਬਣਾਉਣ ਲਈ ਸਾਰੇ ਨੂੰ ਕੌਜ਼ ਐਕਸ ਨਾਲ ਡਿਵਾਈਡ ਕਰ ਦਿੱਤਾ ਅਸੀਂ ਫਿਰ ਅਸੀਂ ਕੀ ਤਾਂ ਹੀ ਬੀ ਡੈਸ਼ ਨੂੰ ਡਬਲਯੂ ਪੁੱਟ ਕਰਨਾ ਸੀ ਓਮੇਗਾ ਕਹ ਲਓ ਜਾਂ ਬੀ ਡਬਲ ਡੈਸ਼ ਓਮੇਗਾ ਡੈਸ਼ ਜੋ ਵੀ ਤੁਸੀਂ ਬੋਲਣਾ ਇੱਥੇ ਬੋਲ ਸਕਦੇ ਹੋ ਇਹ ਪੁੱਟ ਕਰਕੇ ਸਾਡੀ ਕੋ ਇਕੁਏਸ਼ਨ ਬਣ ਗਈ ਲੀਨੀਅਰ ਬਣ ਗਈ ਇਹਦਾ ਇਕੁਏਸ਼ਨ ਓਮੇਗਾ ਦੇਖੋ ਪਹਿਲਾਂ ਓਮੇਗਾ ਡੈਸ਼ ਆ ਫਿਰ ਓਮੇਗਾ ਹੈਗਾ ਫਿਰ ਆਪਾਂ ਕੀ ਕਰਾਂਗੇ ਇਹਨੂੰ ਇਕੁਏਸ਼ਨਾਂ ਕੰਪੇਅਰ ਕਰਾਂਗੇ ਓਮੇਗਾ ਡੈਸ਼ ਪੀ ਓਮੇਗਾ ਪ ਪਤਾ ਹੈ ਨਾ dy/dx py ਕੀ ਕਰਦੇ ਸੀਗੇ ਉਹ ਵਾਲਾ ਇਹਨਾਂ ਤਾਂ ਫਿਰ ਇੰਟੀਗ੍ਰੇਟਿੰਗ ਫੈਕਟਰ ਹੀ ਹੁੰਦਾ ਹੈ e ਦੀ p dx ਠੀਕ ਹੈ ਇਹਦੀ ਫਾਈਂਡ ਆਊਟ ਕਰਦੇ ਸੀ ਇੰਟੀਗ੍ਰੇਟਿੰਗ ਫੈਕਟਰ ਆ ਗਿਆ cos ax ਜਿਹੜੀ ਸੋਲੂਸ਼ਨ ਆਫ ਇਕੁਏਸ਼ਨ 5 ਉਹਨਾਂ ਨੂੰ ਮਲਟੀਪਲਾਈ ਕਰ ਦੋ omega ਦੇ ਨਾਲ ਠੀਕ ਹੈ ਸੋ omega ਦੀ ਵੈਲਿਊ ਜਿਹੜਾ ਦੇਖੋ ਦੇਖੋ ਕੁਐਸਚਨ ਨੰਬਰ 5 ਸੌਰੀ ਥਿਸ ਇਜ਼ ਦਾ ਇਕੁਏਸ਼ਨ ਨੰਬਰ 5 ਇਹ ਵਾਲੀ ਦੇਖੋ ਵੈਲਿਊ ਹੈਗੀ ਇਹਦਾ ਸੋਲੂਸ਼ਨ ਅਸੀਂ ਫਾਈਂਡ ਕੀਤਾ ਸੀ ਕਿ ਲਿਖਿਆ ओमेगा इदे नाल इंटीग्रेटिंग फैक्टर ਨੂੰ ਕੀ ਕਰ ਦਿੱਤਾ ਮਲਟੀਪਲਾਈ ਕਰ ਦਿੱਤਾ ਕਰ ਦਿੱਤਾ ਉਸ ਤੋਂ ਬਾਅਦ ਅਸੀਂ ਕੀ ਕੀਤਾ ਦੇਖੋ ਇਹ ਵੈਲਿਊ ਜਿਹੜੀ ਆ ਪੁੱਟ ਕੀਤੀ ਨਾਲ ਕੀ ਰਹਿਨ ਦਿੱਤਾ cos a² ਇਹ ਦੇਖੋ ਇੱਧਰ ਦਿੱਤਾ ਹੋਇਆ ਤੁਹਾਨੂੰ this ਇਹ ਵਾਲੀ ਪੂਰੀ ਇਕੁਏਸ਼ਨ ਦਿੱਤੀ ਹੈ ਇਕੁਅਲ ਟੂ secant a a² x ਤੁਸੀਂ ਇਹਦੀ ਇੰਟੀਗ੍ਰੇਸ਼ਨ ਕਰਨੀ ਹੈ ਨਾਲ ਇਹ cos a² x ਲਿਖੋਗੇ dx ਇੱਥੇ ਸਾਡੇ ਕੋਲ you know solve this is equal to this equal to x so mega equal to aa jayega x secant square ax theek hai cos square ide divide se chal jayega upar ja ke ki ho jayega secant square you know v dash v asi likh sakde ha fir asi edi last kya karange again integration karange theek hai u into v wali integration lagegi ਇੰਟੀਗ੍ਰੇਸ਼ਨ ਕਰਕੇ ਸਾਡੇ ਕੋਲ 20 ਆ ਗਿਆ ਹੁਣ ਇਹਦਾ ਪਰਟੀਕੂਲਰ ਸੋਲੂਸ਼ਨ ਕੀ ਹੁੰਦਾ ਅਸੀਂ ਕੀਤਾ ਸੀ ਵੀ y 20y1 ਯਾਨੀ cos ax ਲਿਆ ਸੀਗਾ ਹਨਾ ਹੁਣ 20 ਦੀ ਵੈਲਿਊ ਫਾਈਂਡ ਆਊਟ ਕੀਤੀ ਆ ਇੱਥੇ ਪੁੱਟ ਕਰ ਦੇਣੀ ਆ ਇਹ ਸਾਡੇ ਕੋਲ ਪਰਟੀਕੂਲਰ ਸੋਲੂਸ਼ਨ ਆ ਗਿਆ ਜਨਰਲ ਸੋਲੂਸ਼ਨ ਸੀਗਾ ਪਰਟੀਕੂਲਰ ਸੋਲੂਸ਼ਨ ਫਾਈਂਡ ਕਰ ਲਿਆ ਦੋਨਾਂ ਨੂੰ ਪਲੱਸ ਕਰਕੇ ਆਨਸਰ ਆ ਜਾਏਗਾ ਇੰਨਾ ਲੈਂਥੀਸਮ ਮੈਂ ਪਹਿਲੇ ਹੀ ਦੱਸ ਦਉਣੀ ਆ ਪੇਪਰ 'ਚ ਬਿਲਕੁਲ ਨਹੀਂ ਆਣਾ ਠੀਕ ਆ ਬਿਲਕੁਲ ਵੀ ਨਹੀਂ ਆਣਾ ਬਸ ਤੁਹਾਨੂੰ ਥੋੜਾ ਆਈਡੀਆ ਹੋਣਾ ਚਾਹੀਦਾ ਸਟਾਰਟਿੰਗ ਵਾਲਾ ਥੋੜਾ ਆਈਡੀਆ ਹੋਵੇ ਹੋ ਸਕਦਾ ਥੋੜਾ ਬਹੁ ਜਿਆਦਾ ਨਹੀਂ ਪੁੱਛ ਸਕਦਾ ਠੀਕ ਹੈ ਆ ਕਹਿ ਦਵੇ ਲੀਨੀਅਰ ਇਕੁਏਸ਼ਨ ਨੂੰ ਬਣਾਉਏ ਦੀ ਇਨ ਟਰਮ ਆਫ ਡਬਲੂ ਬਸ ਇੰਨਾ ਤੱਕ ਕਹਿ ਸਕਦਾ ਜਾਂ ਤੁਹਾਨੂੰ ਇਹਦੇ ਬਾਰੇ ਆ ਜਿਆਦਾ ਪਤਾ ਹੋਣਾ ਚਾਹੀਦਾ ਹੈ ਆ ਦਿਸ ਥਿੰਗ ਕਿ ਕਿਹੜੇ ਕਿਹੜੇ ਮੈਥਡ ਹੈਗੇ ਨੇ ਕਿਹੜੀ ਇਕੁਏਸ਼ਨ ਨੂੰ ਸੋਲਵ ਕਰਨ ਲਈ ਨੈਕਸਟ ਅ ਜ ਸਿਲੇਬਸ ਜਿਹੜਾ ਹੈਗਾ ਦੈਟ ਇਜ਼ ਦਾ ਵੇਰੀਏਸ਼ਨ ਮੈਥਡ ਆਫ ਵੇਰੀਏਸ਼ਨ ਆਫ ਪੈਰਾਮੀਟਰ ਕਿ ਪੈਰਾਮੀਟਰ ਦੀ ਵੇਰੀਏਸ਼ਨ ਕਰਦੇ ਨੇ ਉੱਥੇ ਦਾ ਆਰਡਰ ਦੀ ਰਿਡਕਸ਼ਨ ਕਰਦੇ ਸੀ ਨਾ ਹੁਣ ਆਪਾਂ ਪੈਰਾਮੀਟਰ ਦੀ ਵੇਰੀਏਸ਼ਨਸ ਕਰ ਦੇਵਾਂਗੇ ਇਕੁਏਸ਼ਨ ਲੈ ਲਈ ਪਹਿਲਾਂ ਸੇਮ ਠੀਕ ਹੈ ਸੇਮ ਪੀ ਨੋਟ ਵਾਈ ਡਬਲ ਡੈਸ਼ ਦੇ ਕੋਰਸਪੋਂਡਿੰਗ ਆਪਾਂ ਹੋਮੋਜੀਨियस ਇਕੁਏਸ਼ਨ ਲੈ ਲਈ ਇਕੁਅਲ ਟੂ 0 ਠੀਕ ਹੈ ਇਹਦਾ ਅਸੀਂ ਸਭ ਤੋਂ ਪਹਿਲਾਂ ਕੰਪਲੀਮੈਂਟਰੀ ਸੋਲੂਸ਼ਨ ਲਿਖ ਲਿਆ ਸੀ 1 ਵਾਈ 1 ਸੀ 2 ਵਾਈ 2 ਫਿਰ ਅਸੀਂ ਇਚ ਵਰੀਏਸ਼ਨ অফ ਪੈਰਾਮੀਟਰਸ ਕਰਨਾ ਅਸੀਂ ਲੈ ਲਏ ਪੈਰਾਮੀਟਰ ਏ ਐਕਸ ਵਾਈ 1 ਬੀ ਐਕਸ ਵਾਈ 2 ਅਸੀਂ ਏ ਤੇ ਬੀ ਦੀਆਂ ਵੈਲਿਊ ਫਾਈਂਡ ਆਊਟ ਕਰਨੀਆਂ ਠੀਕ ਹੈ ਫਿਰ ਸਾਡੇ ਕੋਲ ਸੋਲੂਸ਼ਨ ਨਿਕਲੇਗਾ ਠੀਕ ਹੈ ਇਹਦੇ ਵਿੱਚ ਅਸੀਂ a ਤੇ b ਦੀਆਂ ਵੈਲਿਊਜ਼ ਫਾਈਂਡ ਆਊਟ ਕਰਨੀਆਂ ਆ ਉਧਰ ਲਈ ਕਰਨਾ ਆ ਆਪਾਂ ਡਿਫਰੈਂਸ਼ੀਏਟ ਕਰਨਾ ਹੈ ਇਕੁਏਸ਼ਨ 3 ਨੂੰ ਵਿਦ ਰਿਸਪੈਕਟ ਟੂ x ਇਹਨੂੰ ਠੀਕ ਹੈ ਜਦੋਂ ਅਸੀਂ ਡਿਫਰੈਂਸ਼ੀਏਟ ਕਰਨਾ ਆ ਅੱਗੇ ਪੂਰਾ ਤੁਸੀਂ ਇਹ ਮੈਥਡ ਪੜ੍ਹ ਲਿਓ ਕੋਈ ਜ਼ਿਆਦਾ ਔਖਾ ਨਹੀਂ ਹੈਗਾ ਠੀਕ ਹੈ ਇਹ ਵਾਲਾ ਤੁਸੀਂ ਇੱਕ ਵਾਰੀ ਰੀਡ ਕਰ ਲਿਓ ਕਿ ਇਹਨੂੰ ਕਿੰਡਿਫਰੈਂਸ਼ੀਏਟ ਕੀਤਾ ਕਿਹੜੀ ਇਕੁਏਸ਼ਨ ਕਿੱਥੇ ਪੁੱਟ ਕੀਤੀ ਆ ਫਿਰ ਇਦਾਂ ਹੀ ਆਪਾਂ ਕੀ ਕਰਨਾ ਆ ਵੈਲਿਊਜ਼ ਇਹ ਵਾਲੀਆਂ ਫਾਈਂਡ ਆਊਟ ਕਰ ਲੈਣੀਆਂ ਆ ਇਹਦੇ ਵਿੱਚ ਨਾਓ ਵੈਨ ਵੈਲਿਊ a ਐਂਡ b' ਐਂਡ b' ਆਰ ਨੋਨ ਦੈਨ विद द यूज ऑफ इंटीग्रेशन वी कैन फाइंड फ्री अस ए ਤੇ बी फाइंड आउट ਕਰ ਲਵਾਂਗੇ ਹੁਣ ਮੇਨ ਕੀ ਹੈ ਇੱਥੇ ਦਿਸ ਮੈਥਡ ਇਜ਼ ਐਪਲੀਕੇਬਲ ਟੂ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਇਹ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨਸ ਦੇ ਕੀ ਹੈਗਾ ਐਪਲੀਕੇਬਲ ਹੈਗਾ ਹੁਣ ਕੋਈ ਇੱਕ ਇੱਕ ਸਮ ਦੇਖ ਲੈਣੇ ਸਮੇ ਦਾ ਵੀ ਲੰਬੀ ਹੈਗਾ अगेन मैं ਦੱਸ ਰਹੀ ਹਾਂ ਦਿਸ ਇਜ਼ ਦਾ 기ਵਨ ਇਕੁਏਸ਼ਨ अगेन ਜਿੱਦਾ ਲਿਖਦੇ ਆ ਉਹਦੇ ਕੋਰਸਪੋਂਡਿੰਗ ਹੋਮੋਜੀਨियस ਇਕੁਏਸ਼ਨ ਲਿਖ ਕੇ ਆਕਸੀਲਰੀ ਇਕੁਏਸ਼ਨ ਲਿਖ ਕੇ ਕੰਪਲੀਮੈਂਟਰੀ ਸੋਲੂਸ਼ਨ ਇੱਥੇ ਤੱਕ ਤੁਸੀਂ ਕਰ ਲੈਂਦੇ ਹੋ ਨਾ ਆਰਾਮ ਨਾਲ ਕਿਉਂਕਿ ਬਹੁਤ ਸਾਰੇ ਜਨਨ ਸਾਰੀਆਂ ਵੀਡੀਓਜ਼ ਦੇਖਣ ਵਾਲੇ ਇਹ ਬਿਲਕੁਲ ਟਫ ਨਹੀਂ ਹੈਗਾ ਉਸ ਤੋਂ ਠੀਕ ਹੈ y ਲੈ ਲਿਆ ਸੀ a cos x ਇੱਥੇ a ਤੇ b ਕਨਸਟੈਂਟ ਲੈ ਲੈਣੇ ਤੁਸੀਂ ਫਿਰ ਡਿਫਰੈਂਸ਼ੀਏਟ ਕਰਨਾ ਹੈ ਡਿਫਰੈਂਸ਼ੀਏਟ ਕਰਕੇ ਜੇ ਤੁਸੀਂ ਪਿਛਲਾ ਮੈਥਡ ਸਾਰੇ ਜਿਹੜੇ ਮੈਂ ਤੁਹਾਨੂੰ ਕਿਉਂ ਉੱਥੇ ਪੜੋਗੇ ਉੱਥੇ ਦੇਖਿਓ ਤੁਸੀਂ ਇਹ ਵਾਲੀ ਚੀਜ਼ ਨੂੰ ਆਪਾਂ ਇਕੁਅਲ ਟੂ ਕੀ ਪੁੱਟ ਕਰਦੇ ਹਾਂ ਜ਼ੀਰੋ ਤੇ ਸਾਡੇ ਕੋਲ ਇਕੁਏਸ਼ਨ ਸਿਰਫ ਇਸ ਚ ਰਹਿ ਜਾਂਦੀ ਹੈ ਫਿਰ ਇਹਨੂੰ ਅਸੀਂ ਡਿਫਰੈਂਸ਼ੀਏਟ ਕਰਦੇ ਆਗੇਨ ਸਾਡੇ ਕੋਲ y ਡਬਲ ਡੈਸ਼ ਨਿਕਲ ਜਾਂਦਾ y' y'' y ਨਿਕਲ ਗਿਆ ਅਗੇਨ ਜਾ ਕੇ ਇਹਨੂੰ ਇਕੁਏਸ਼ਨ ਵਨ ਚ ਕੀ ਕਰ ਦੇਣਾ ਸੀ ਪੁੱਟ ਕਰ ਦੇਣਾ ਪੁੱਟ ਕਰਨ ਦੇ ਸਾਡੇ ਕੋਲ ਇੱਕ ਇਕੁਏਸ਼ਨ ਬਣੇਗੀ ਅਗੇਨ ਆਪਾਂ ਇਥੇ A ਤੇ B ਫਾਈਂਡ ਆਊਟ ਕਰਨ ਲਈ ਕੀ ਕੀਤਾ ਇਕੁਏਸ਼ਨ ਮਲਟੀਪਲਾਈ ਫਾਈਵ ਇਕੁਏਸ਼ਨ cos x ਨਾਲ ਮਲਟੀਪਲਾਈ ਕੀਤਾ 8 ਨੂੰ sin x ਨਾਲ ਦੋਨਾਂ ਨੂੰ ਸਬਟ੍ਰੈਕਟ ਕੀਤਾ ਤੇ ਸਾਡੇ ਕੋਲ ਇਥੇ A ਦੀ ਵੈਲਿਊ ਜਿਹੜੀ A' ਹੈ ਉਹਦੀ ਵੈਲਿਊ ਨਿਕਲ ਜਾਏਗੀ ਠੀਕ ਹੈ ਐਦਾਂ ਹੀ ਇਹਨੂੰ ਪੂਰਾ sin cos ਵਗੈਰਾ ਕਰਕੇ ਫਿਰ ਇੰਟੀਗ੍ਰੇਟ ਕਰ ਦਾਂਗੇ ਇੰਟੀਗ੍ਰੇਟ ਕਰਕੇ A ਦੀ ਵੈਲਿਊ ਨਿਕਲ ਗਈ ਸੇਮ ਆਪਾਂ ਇੱਦੀ B ਦੀ ਵੈਲਿਊ ਫਾਈਂਡ ਆਊਟ ਕਰਾਂਗੇ b ਦੀ ਵੈਲਿਊ ਵੀ b ਦੀ b' ਲਈ ਤਾਂ ਇਕੁਏਸ਼ਨ 5 ਨਾਲ sin x ਨਾਲ ਕੀਤਾ 8 and cos x ਨਾਲ ਤੇ ਐਡ ਕਰ ਦਿੱਤਾ ਉਹ ਤੁਹਾਨੂੰ ਦੇਖ ਕੇ ਪਤਾ ਚਲ ਜਾਏਗਾ ਕੀ ਕਰੀਏ sin² cos² 1 ਬਣ ਜਾਣਾ ਕਿੱਥੋਂ b' ਨਿਕਲਣਾ ਇੱਕ ਵਾਰੀ ਇਹ ਮੈਥਡ ਜਦੋਂ ਰਿਟਰਨ ਚ ਦੇਖ ਲੋਗੇ ਨਾ ਇਹ ਇਸ ਕੰਪੈਰੀਜ਼ਨ ਟੂ ਪਿਛਲੇ ਦੇ ਫਿਰ ਵੀ ਸੌਖਾ ਹੈਗਾ ਉੱਥੇ ਅਸੀਂ a ਤੇ b ਨਿਕ ਕਾ ਲੈਨੇ ਆ ਬਸ ਇਹ ਪੁੱਟ ਕਰ ਦੇਣੀ ਹੈ ਤੇ b ਇਕੁਏਸ਼ਨ ਜਿਹੜੀ ਸਾਡੀ 3 ਸੀਗੀ ਉਹਦੇ ਵਿੱਚ ਅਸੀਂ ਕੀ ਕਰ ਦੇਣਾ ਇਹ ਵੈਲਿਊਜ਼ ਪੁੱਟ ਕਰ ਦੇਣੀ ਹੈ ਤੇ ਉਹ ਸਾਡੇ ਕੋਲ ਕੀ ਆ ਜਾਏਗਾ ਸੋਲੂਸ਼ਨ ਆਫ ਇਕੁਏਸ਼ਨ 1 ਠੀਕ ਹੈ ਫਿਰ ਜਨਰਲ ਸੋਲੂਸ਼ਨ ਪਲੱਸ ਸਪੈਸ਼ਲ ਸੋਲੂਸ਼ਨ ਲਿਖ ਕੇ ਤੁਹਾਡੇ ਕੋਲ ਸੋਲੂਸ਼ਨ ਹੋ ਜਾਏਗਾ ਸੋ ਇਹ ਸਾਡੇ ਕੋਲ ਜਿਹੜੇ ਦੋ ਮੈਥਡਸ ਸੀ ਰਿਡਕਸ਼ਨ ਆਫ ਆਰਡਰ ਐਂਡ ਵਰੀਏਸ਼ਨ ਆਫ ਪੈਰਾਮੀਟਰ ਜਿਹਦੇ ਵਿੱਚ ਅਸੀਂ ਇਹ ਜਿਹੜੀਆਂ ਲੀਨੀਅਰ ਡਿਫਰੈਂਸ਼ੀਅਲ ਇਕੁਏਸ਼ਨ ਆਫ ਸੈਕੰਡ ਆਰਡਰ ਹੈ ਇਹਨਾਂ ਦਾ ਵੀ ਸੋਲੂਸ਼ਨ ਜਿਹੜਾ ਫਾਈਂਡ ਆਊਟ ਕਰ ਸਕਦੇ ਹਾਂ ਇੱਕ ਦੋ ਵੀਡੀਓਸ ਹੋਰ ਹੋ ਜਾਣਗੀਆਂ ਫਿਰ ਸਾਡੇ ਕੋਲ ਜਿਹੜਾ ਹੈ ਇਹ ਖਤਮ ਹੋਏਗਾ ਬਿਲਕੁਲ ਡਿਫਰੈਂਸ਼ੀਅਲ ਇਕੁਏਸ਼ਨ ਐਂਡ ਕੁਐਸਚਨਸ ਦਾ ਮੈਂ ਨਾਲ ਨਾਲ ਤੁਹਾਨੂੰ ਦੱਸ ਹੀ ਦਿੱਤੇ ਤੇ ਇਹ ਕਰ ਲੈਣਾ ਜੇ ਵੀਡੀਓ ਪਸੰਦ ਆ